ਬਿਨਾਂ ਪੈਸੇ ਦੇ ਕੇ ਸਮਾਨ ਲੈਣ ਵਾਲਾ ਨਕਲੀ ਡੀਐਸਪੀ ਗ੍ਰਿਫਤਾਰ। ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਆਪਣੇ ਆਪ ਨੂੰ ਡੀਐਸਪੀ ਦੱਸ ਕੇ ਦੁਕਾਨਦਾਰਾਂ ਅਤੇ ਖਾਣ ਪੀਣ ਵਾਲੀਆਂ ਰੇਹੜੀਆਂ ਤੋਂ ਬਿਨਾਂ ਪੈਸੇ ਦਿੱਤਿਆਂ ਹੀ ਸਮਾਨ ਲੈ ਲੈਂਦਾ ਸੀ। ਇਸ ਸੰਬੰਧੀ SHO ਪਰਮਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦੀ ਪਹਿਚਾਣ ਰਾਹੁਲ ਬੱਗਾ ਵਜੋਂ ਹੋਈ ਹੈ, ਜਿਸ ਕੋਲੋਂ ਇੱਕ i20 ਕਾਰ ਵੀ ਬਰਾਮਦ ਹੋਈ ਹੈ ਜਿਸ ਉੱਪਰ ਹੂਟਰ ਲੱਗਿਆ ਹੋਇਆ ਸੀ ਅਤੇ ਉਸ ਉੱਪਰ ਪ੍ਰੈਸ ਵੀ ਲਿਖਿਆ ਹੋਇਆ ਸੀ। ਮਿਲੀ ਸੀ ਵੀ ਰਾਹੁਲ ਬੱਗਾ ਨਾਂ ਦਾ ਇੱਕ ਵਿਅਕਤੀ ਹੈ, ਉਹ ਆਪਣੇ ਆਪ ਨੂੰ DSP ਦੱਸ ਕੇ ਅਤੇ ਰੇਹੜੀਆਂ ਤੋਂ ਬਰਗਰ ਤੋਂ ਹੋਟਲਾਂ ਤੋਂ ਫ੍ਰੀ ਦਾ ਸਮਾਨ ਲੈਂਦਾ ਸੀ ਅਤੇ ਪੈਕ ਕਰਕੇ ਧਮਕੀਆਂ ਦੇ ਕੇ ਲੈ ਕੇ ਜਾਂਦਾ ਸੀਗਾ, ਜਿਸ ਨੂੰ ਅੱਜ ਫਿਰ ਆਇਆ ਸਾਡੇ ਏਰੀਏ 'ਚ ਅਤੇ PCR ਮੁਲਾਜ਼ਮਾਂ ਨੇ ਮਤਨਾ ਉਹਨੂੰ ਕਾਬੂ ਕੀਤਾ ਅਤੇ ਉਹਨੇ ਗੱਡੀ i20 ਗੱਡੀ ਹੂਟਰ ਲਵਾਇਆ ਹੋਇਆ ਅਤੇ ਪ੍ਰੈਸ ਲਿਖਾਇਆ ਹੋਇਆ ਗੱਡੀ ਦੇ ਉੱਪਰ, ਅਤੇ ਉਸ ਬੰਦੇ ਨੂੰ ਪਰਚਾ ਦੇ ਕੇ ਜੇਲ੍ਹ ਭੇਜਤਾ।